ਇਧਰ ਤਰਨ ਤਾਰਨ ਵਿਖੇ ਕੌਮਾਂਤਰੀ ਬਜ਼ੁਰਗ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ। ਭਾਈ ਵੀਰ ਸਿੰਘ ਬਿਰਧ ਆਸ਼ਰਮ ਦੇ ਵਿੱਚ ਸਮਾਗਮ ਹੋਇਆ, ਜਿੱਥੇ ਕਿ ਬਜ਼ੁਰਗਾਂ ਵੱਲੋਂ ਮੀਡੀਆ ਦੇ ਅੱਗੇ ਆਪਣੇ ਦੁੱਖੜੇ ਬਿਆਨੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸਬਰਵਾਲ ਵੱਲੋਂ ਮੌਕੇ ਤੇ ਉਚੇਚੇ ਤੌਰ ਤੇ ਪਹੁੰਚ ਕੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਵੀ ਜਾਣੀਆਂ ਗਈਆਂ ਤੇ ਕਿਹਾ ਕਿ ਇਹਨਾਂ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ। ਅੱਜ ਇੰਟਰਨੈਸ਼ਨਲ ਸੀਨੀਅਰ ਸਿਟੀਜ਼ਨ ਡੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਪ੍ਰੋਗਰਾਮ ਹੈ, ਜਿਹੜਾ ਸਾਡਾ ਭਾਈ ਵੀਰ ਸਿੰਘ ਵਿਦ ਘਰ ਤਰਨ ਤਾਰਨ ਹੈ, ਉਹਦੇ ਵਿੱਚ ਮਨਾਇਆ ਗਿਆ। ਉਸ ਦੇ ਵਿੱਚ ਜਿਹੜੇ ਸਾਡੇ ਇੱਥੇ ਬਜ਼ੁਰਗ ਆਏ ਪਏ ਨੇ ਉਹ ਤਕਰੀਬਨ 72 ਨੇ। ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ, ਉਹਨਾਂ ਦੀਆਂ ਪ੍ਰੋਬਲਮ ਸੁਣੀਆਂ ਗਈਆਂ ਅਤੇ ਉਹਨਾਂ ਦੀਆਂ ਪ੍ਰੋਬਲਮਸ ਹੈ ਇੱਕ, ਉਹਨਾਂ ਨੂੰ ਹਰ ਹਾਲਤ ਦੇ ਵਿੱਚ ਦੂਰ ਦਿੱਤਾ ਜਾਊਗਾ। ਦੋ ਚੀਜ਼ਾਂ ਹੋਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਅੱਜ ਅਨਾਊਂਸ ਕੀਤੀਆਂ ਗਈਆਂ। ਇੱਕ ਤਾਂ ਜਿਹੜਾ ਹੈਗਾ ਇਹਨਾਂ ਦੀਆਂ ਓਲਡ ਏਜ ਪੈਨਸ਼ਨ, ਜਿਹੜੇ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਹੈ ਉਹਨਾਂ ਦੇ ਵਿੱਚ ਫਾਲ ਕਰਨਗੇ। ਉਹ ਸਾਰੇ ਬਜ਼ੁਰਗ ਦੀ ਓਲਡ ਏਜ ਪੈਨਸ਼ਨ ਦਾ ਜਿਹੜਾ ਕੈਂਪ ਇੱਥੇ ਹੀ ਲਾ ਕੇ ਉਹ ਇੱਥੇ ਹੀ ਇਹਨਾਂ ਨੂੰ ਸਾਰਾ ਬਿਨਾਂ ਕਿਤੇ ਕੋਈ ਜਾਣ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਉਹ ਸਾਰਾ ਇਹਨਾਂ ਨੂੰ ਸਹੂਲਤਾਂ ਇੱਥੇ ਦਿੱਤੀਆਂ ਜਾਣਗੀਆਂ। ਇਹਦੇ ਨਾਲ ਨਾਲ ਹਰ ਮਹੀਨੇ ਇੱਥੇ ਹੈਲਥ ਚੈੱਕਅਪ ਕੈਂਪ, ਉਹ ਮੈਂ CMO ਸਾਹਿਬ ਨੂੰ ਕਹਿ ਦਿੱਤਾ ਗਿਆ ਕਿ ਹੈਲਥ ਚੈੱਕਅਪ ਕੈਂਪ ਜਿਹੜਾ ਇਹ ਜਿਹੜਾ ਵਿਰੋਧ ਘਰ ਦੇ ਵਿੱਚ ਹਰ ਮਹੀਨੇ ਦੇ ਦੂਜੇ ਹਫ਼ਤੇ ਦੇ ਵਿੱਚ ਲੱਗਿਆ ਕਰੂਗਾ ਅਤੇ ਤਾਂ ਕਿ ਸਾਰਿਆਂ ਦਾ ਮੈਡੀਕਲ ਚੈੱਕ ਹੋਵੇ ਅਤੇ ਬਿਲਕੁਲ ਹਰ ਤਰ੍ਹਾਂ ਦੀ ਮੈਡੀਸਨ ਇਹਨਾਂ ਨੂੰ ਜਿਹੜੀ ਉਹ ਪ੍ਰੋਵਾਈਡ ਕਰਵਾਈ ਜਾਊਗਾ। ਸਿਟੀਜ਼ਨਸ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬੇਟਿਆਂ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਉਹਨਾਂ ਨਾਲ ਵਧੀਆ ਰਸੂਖ ਨਹੀਂ ਰਿਹਾ। ਐਂਡ ਈਵਨ ਮੈਨੂੰ ਦਫ਼ਤਰ ਦੇ ਵਿੱਚ ਮਿਲਦੇ ਵੀ ਕਈ ਵਾਰੀ ਇਸ ਤਰ੍ਹਾਂ ਆਉਂਦੇ ਆ, ਉਹਨਾਂ ਨੂੰ ਉਹ ਜਿਹੜਾ ਸਾਡਾ ਸੀਨੀਅਰ ਸਿਟੀਜ਼ਨ ਐਕਟ ਹੈ ਉਹਦੇ ਬਾਰੇ ਵੀ ਜਾਗਰੂਕ ਕੀਤਾ ਗਿਆ ਹੈ।